ਕਾਨਵੈਂਟ ਸਕੂਲਾਂ 'ਚ ਪੜ੍ਹੇ ਨੇ, ਪੰਜਾਬੀ ਬੋਲਣੀ ਨਹੀਂ ਆਉਂਦੀ। ਉਹ ਕਹਿ ਦਿੰਦੀ ਆ ਹਰਸਿਮਰਤ ਕੌਰ, ਪਹਿਲਾਂ ਚੋਨਾ ਫਿਰ ਚੋਨਾ। ਮੈਂ ਕਿਹਾ ਦੁਬਾਰਾ ਕਰੀ, ਕਹਿੰਦੇ ਚੋਨਾ ਫਿਰ ਚੋਨਾ। ਮੈਂ ਕਿਹਾ ਪਹਿਲਾਂ ਝੋਨਾ ਕਹਿੰਦੀ ਹੈ ਜਾਂ ਚੋਣਾ ਕਹਿੰਦੀ ਹੈ, ਪਤਾ ਹੀ ਨਹੀਂ। ਸੁਖਬੀਰ ਬਾਦਲ ਕੋਲ ਗੰਨੇ ਵਾਲੇ ਵਪਾਰੀ ਮਤਲਬ ਚਲੇ ਗਏ ਗੰਨੇ ਦੇ, ਕਿਸਾਨ ਵੀ ਸਾਡੇ ਪੈਸੇ ਮਿਲਾਂ ਨਹੀਂ ਦਿੰਦੀਆਂ, ਜਦੋਂ ਡਿਪਟੀ ਸੀ ਐਮ ਸੀ। ਕਹਿੰਦਾ ਹਾਂ ਮੈਨੂੰ ਪਤਾ ਹੈ, ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ। ਉਹ ਕਹਿੰਦਾ ਜੀ ਕਿਵੇਂ? ਕਹਿੰਦਾ ਦੇਖੋ ਪਹਿਲਾਂ ਗੁੜ ਦੀਆਂ ਛੋਟੀ ਛੋਟੀ ਡਲੀਆਂ ਕਰਨੀਆਂ ਪੈਂਦੀਆਂ, ਫਿਰ ਐਂ ਦੱਬਣਾ ਪੈਂਦਾ। ਉਹ ਕਹਿੰਦੇ ਆਪ ਚਲੀਏ ਛੱਡੋ, ਜਦੋਂ ਧਰਤੀ ਨਾਲ ਕੋਈ ਲਿੰਕ ਹੀ ਨਹੀਂ, ਪੜ੍ਹੀ ਪਹਾੜਾਂ ਵਾਲੇ ਸਕੂਲਾਂ 'ਚ ਹੈ, ਕੀ ਮੁਕਾਬਲਾ ਕਰਨਗੇ ਸਾਡਾ? ਮੈਨੂੰ ਪੱਤਰਕਾਰ ਕਹਿੰਦੇ ਇਸ ਕੁਰਸੀ 'ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਗਏ, ਤੁਹਾਡਾ ਹੋਇਆ ਨਹੀਂ। ਮੈਂ ਕਿਹਾ ਫਰਕ ਇੰਨਾ ਕਿ ਪਹਿਲਾਂ ਵਾਲੇ ਕੁਰਸੀ 'ਤੇ ਬਹਿ ਕੇ ਮਸ਼ਹੂਰ ਹੁੰਦੇ ਸੀ, ਮੈਂ ਮਸ਼ਹੂਰ ਹੋ ਕੇ ਕੁਰਸੀ 'ਤੇ ਬੈਠਿਆ, ਬਸ ਇੰਨਾ ਫਰਕ, ਇੰਨਾ ਫਰਕ। ਅੰਦਰੋਂ ਫੁੱਟੋ ਆਪ ਫੁੱਟੋ, ਇਹ ਗੱਲ ਵੀ ਤੁਹਾਡੇ 'ਚੋਂ ਕਿਉਂ ਨਹੀਂ ਬਣ ਸਕਦਾ ਕੋਈ ਐਮ ਪੀ? ਬੰਬੇ ਤੋਂ ਲੈਣਾ ਜ਼ਰੂਰੀ ਹੈ? ਤੁਹਾਡੇ 'ਚੋਂ ਕਿਉਂ ਨਹੀਂ ਬਣ ਸਕਦੇ ਐਮ ਐਲ ਏ? ਆ ਬੜੇ ਨੇ, ਭੋਏ ਵਾਲੇ ਬੈਠੇ ਆ, ਉਹ ਕਰਤਾਰਪੁਰ ਵਾਲੇ ਬੈਠੇ ਆ, ਕੀ ਗੱਲ ਤੁਹਾਡੇ 'ਚ ਕਿਉਂ ਨਹੀਂ ਬਣ ਸਕਦੇ ਬਈ? ਸਾਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬਹਿਣਾ ਨਹੀਂ ਆਉਂਦਾ? ਸਾਨੂੰ ਫੈਸਲੇ ਨਹੀਂ ਲੈਣੇ ਆਉਂਦੇ? ਕੀ ਕਹਿੰਦੇ ਸੀ ਪਹਿਲਾਂ, ਭਗਵੰਤ ਮਾਨ ਕੋਲ ਤਜਰਬਾ ਨਹੀਂ? ਮੈਂ ਕਿਹਾ ਲੋਕ ਦੁਖੀ ਤਜਰਬੇਕਾਰਾਂ ਤੋਂ ਨੇ। ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਣੀ, ਚੱਲ ਗਈ, ਬਿਜਲੀ ਨਹੀਂ ਫ੍ਰੀ ਹੋਣੀ, ਹੋ ਗਈ, ਸਾਲ ਨਹੀਂ ਕੱਟਦਾ, ਸਾਲ ਵੀ ਕੱਟ ਲਿਆ, ਦੂਜਾ ਸਾਲ ਨਹੀਂ ਲੱਗਣ ਦਿੰਦੇ ਇਹਨੂੰ, ਦੂਜਾ ਵੀ ਲੱਗ ਗਿਆ। 2 ਸਾਲ ਤੋਂ ਪਹਿਲਾਂ ਸਿੱਟ ਲੈਣਾ ਕੰਮ, ਜਲੰਧਰ ਨਹੀਂ ਜਿੱਤ ਸਕਦੇ, ਜਿੱਤ ਲਈ। ਹੁਣ ਕਹਿੰਦੇ ਲੋਕ ਸਭਾ 'ਚ ਦੇਖਿਓ, ਸ਼ਰਤ ਲਾ ਕੇ ਕਹਿੰਦਾ ਮੈਂ ਲੋਕ ਸਭਾ 'ਚ, ਮੈਂ ਤੁਹਾਡੇ ਬਿਹਾਫ 'ਤੇ ਕਹਿੰਦਾ, ਮੈਂ ਮਾਣ ਨਾਲ ਕਹਿੰਦਾ, ਪ੍ਰਾਊਡ ਨਾਲ ਨਹੀਂ ਕਹਿੰਦਾ। ਲੋਕ ਸਭਾ ਦੇ ਵਿੱਚ ਜਿਸ ਕਿਸਮ ਦਾ ਪਿਆਰ ਮਿਲ ਰਿਹਾ ਮੈਂ ਲੋਕਾਂ 'ਚ, ਕਿਉਂਕਿ ਤਾਂ ਲੋਕਾਂ ਜਾਂਦੇ ਨਹੀਂ ਨਾ, ਇਹ ਤਾਂ ਕਾਨਵੈਂਟ ਸਕੂਲਾਂ 'ਚ ਪੜ੍ਹੇ ਨੇ, ਪੰਜਾਬੀ ਬੋਲਣੀ ਨਹੀਂ ਆਉਂਦੀ। ਉਹ ਕਹਿ ਦਿੰਦੀ ਆ ਹਰਸਿਮਰਤ ਕੌਰ, ਪਹਿਲਾਂ ਚੋਨਾ ਫਿਰ ਚੋਨਾ। ਮੈਂ ਕਿਹਾ ਦੁਬਾਰਾ ਕਰੀ, ਕਹਿੰਦੇ ਚੋਨਾ ਫਿਰ ਚੋਨਾ। ਮੈਂ ਕਿਹਾ ਪਹਿਲਾਂ ਝੋਨਾ ਕਹਿੰਦੀ ਹੈ ਜਾਂ ਚੋਣਾ ਕਹਿੰਦੀ ਹੈ, ਪਤਾ ਹੀ ਨਹੀਂ। ਸੁਖਬੀਰ ਬਾਦਲ ਕੋਲ ਗੰਨੇ ਵਾਲੇ ਵਪਾਰੀ ਮਤਲਬ ਚਲੇ ਗਏ ਗੰਨੇ ਦੇ, ਕਿਸਾਨ ਵੀ ਸਾਡੇ ਪੈਸੇ ਮਿਲਾਂ ਨਹੀਂ ਦਿੰਦੀਆਂ, ਜਦੋਂ ਡਿਪਟੀ ਸੀ ਐਮ ਸੀ। ਕਹਿੰਦਾ ਹਾਂ ਮੈਨੂੰ ਪਤਾ ਹੈ, ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ। ਉਹ ਕਹਿੰਦਾ ਜੀ ਕਿਵੇਂ? ਕਹਿੰਦਾ ਦੇਖੋ ਪਹਿਲਾਂ ਗੁੜ ਦੀਆਂ ਛੋਟੀ ਛੋਟੀ ਡਲੀਆਂ ਕਰਨੀਆਂ ਪੈਂਦੀਆਂ, ਫਿਰ ਐਂ ਦੱਬਣਾ ਪੈਂਦਾ। ਉਹ ਕਹਿੰਦੇ ਆਪ ਚਲੀਏ ਛੱਡੋ, ਜਦੋਂ ਧਰਤੀ ਨਾਲ ਕੋਈ ਲਿੰਕ ਹੀ ਨਹੀਂ, ਪੜ੍ਹੀ ਪਹਾੜਾਂ ਵਾਲੇ ਸਕੂਲਾਂ 'ਚ ਹੈ, ਕੀ ਮੁਕਾਬਲਾ ਕਰਨਗੇ ਸਾਡਾ? ਮੈਨੂੰ ਪੱਤਰਕਾਰ ਕਹਿੰਦੇ ਇਸ ਕੁਰਸੀ 'ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਗਏ, ਤੁਹਾਡਾ ਹੋਇਆ ਨਹੀਂ। ਮੈਂ ਕਿਹਾ ਫਰਕ ਇੰਨਾ ਕਿ ਪਹਿਲਾਂ ਵਾਲੇ ਕੁਰਸੀ 'ਤੇ ਬਹਿ ਕੇ ਮਸ਼ਹੂਰ ਹੁੰਦੇ ਸੀ, ਮੈਂ ਮਸ਼ਹੂਰ ਹੋ ਕੇ ਕੁਰਸੀ 'ਤੇ ਬੈਠਿਆ, ਬਸ ਇੰਨਾ ਫਰਕ। ਮੈਨੂੰ ਕੋਈ ਮਸ਼ਹੂਰੀ ਦੀ ਲੋੜ ਨਹੀਂ ਯਾਰ, ਮੈਨੂੰ ਤਾਂ 17.5 ਸਾਲ ਦੇ ਵੀ ਤੁਸੀਂ ਸਟਾਰ ਬਣਾ ਦਿੱਤਾ ਸੀ। ਕਿੰਨੀ ਵਾਰੀ ਮੈਂ ਪਠਾਨਕੋਟ ਇੱਥੇ ਸ਼ੋਅ ਕਰਨ ਆਇਆ ਹੋਊਂਗਾ, ਤੁਸੀਂ ਦੇਖੇ ਵੀ ਹੋਣਗੇ ਕਈਆਂ ਨੇ ਸ਼ੋਅ, ਹੈ ਨਾ, ਪਠਾਨਕੋਟ ਦੇ ਵਿੱਚ ਭਗਵੰਤ ਮਾਨ ਨਾਈਟ ਫਲਾਨਾ। ਕੋਈ ਪੈਸੇ ਦੀ ਕਮੀ? ਪੈਸੇ ਕਰਕੇ ਆਏ ਇੱਧਰੋਂ ਪੈਸੇ ਕਮਾਉਣੇ? ਹਰਾਮ ਦੇ ਪੈਸੇ ਕਮਾਈਏ? ਜਦੋਂ ਪਰਮਾਤਮਾ ਨੇ ਇੰਨੀ ਕਲਾ ਦੇਤੀ, ਫਿਰ ਮੈਂ ਉੱਥੋਂ ਹੀ ਕਮਾ ਲੈਂਦਾ। ਜਾਂ ਤਾਂ ਉੱਥੇ ਪੈਸੇ ਦੀ ਕਮੀ ਹੁੰਦੀ ਨਾ, ਫਿਰ ਮੈਂ ਇੱਧਰ ਆਉਂਦਾ, ਇੱਧਰ ਆ ਕੇ ਮੈਂ ਪੈਸਾ ਖਾਊਂਗਾ। ਇੱਕ ਗੱਲ ਦੀ ਗਰੰਟੀ ਦੇ ਦੇਣਾ, ਇੱਕ ਪਾਸੇ 1 ਰੁਪਈਆ ਪਿਆ ਹੋਵੇ ਤੁਹਾਡਾ ਪਬਲਿਕ ਮਨੀ, ਇੱਕ ਪਾਸੇ 1 ਰੁਪਈਆ ਪਿਆ ਹੋਵੇ, ਇੱਕ ਪਾਸੇ ਸਲਫਾਸ ਦੀ ਗੋਲੀ ਪਈ ਹੋਵੇ, ਮੈਨੂੰ ਕੋਈ ਚੁਣਨ ਵਾਸਤੇ ਔਫਰ ਦੇ ਦੇ ਕਿ ਕੀ ਖਾਏਗਾ ਦੋਨਾਂ 'ਚੋਂ, ਮੈਂ ਸਲਫਾਸ ਦੀ ਗੋਲੀ ਖਾਊਂਗਾ। ਗੱਲ ਨਹੀਂ ਬਾਤ ਨਹੀਂ, ਚੱਕ ਕੇ ਹੋਟਲ ਵੀ ਸਾਡੇ ਸਾਰੇ, ਬੱਸਾਂ ਵੀ ਸਾਡੀਆਂ ਸਾਰੀਆਂ, ਢਾਬੇ ਵੀ ਸਾਡੇ ਸਾਰੇ, ਰੇਤਾ ਵੀ ਸਾਡਾ, ਠੇਕੇ ਵੀ ਸਾਡੇ। ਪਤਾ ਨਹੀਂ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਅੰਦਰ ਆ ਸਕਦੇ, ਉੱਪਰ ਲੈ ਗਏ ਨਾਲ, ਇਹ ਤੋਂ ਪਹਿਲਾਂ ਵਾਲੇ ਉਹਨਾਂ ਦੇ ਲੈ ਗਏ, ਕੀ ਲੈ ਗਏ ਨਾਲ,
ਬਦਨਾਮੀ ਲੈ ਕੇ ਗਏ ਹਾਂ। ਓਏ ਚਾਰ ਬੰਦਿਆਂ ਦੀ ਕੋਈ ਜ਼ਿੰਦਗੀ ਬਦਲ ਦਿਓ, ਓਏ ਕੋਈ ਦੁਆਵਾਂ ਲੈ ਲਓ, ਚਾਰ ਬੰਦੇ ਯਾਦ ਰੱਖ ਲੈਣਗੇ। ਸੁਰਜੀਤ ਪਾਤਰ ਨੇ ਕਿਹਾ ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ। ਇੱਥੇ ਮੋਢਾ ਦੇਣ ਵਾਸਤੇ ਲੋਕ ਨਹੀਂ ਹੁੰਦੇ ਜਿੰਨਾ ਚਿਰ। ਦੇਖੋ ਸ਼ਾਇਰ ਨੇ ਲਿਖਿਆ ਜ਼ਿੰਦਗੀ ਕੀ ਹੈ ਆਪਣੀ, ਆਪਣੀ ਜ਼ਿੰਦਗੀ ਕੀ ਹੈ? ਆਦਮੀ, ਆਪਾਂ ਆਦਮੀ ਕਹਿੰਦੇ, ਆ ਦਮੀ, ਦਮ ਆ, ਦਮ ਨਾ ਆਇਆ ਤਾਂ ਬਸ ਖਤਮ, ਦਮ ਆ ਰਿਹਾ ਤਾਂ ਆ ਦਮੀ। ਕਾਹਦੇ ਵਾਸਤੇ ਪਾਪ ਕਮਾਈ ਜਾਂਦੇ ਹਾਂ? ਮੁਹੰਮਦ ਬਖਸ਼ ਬੜਾ ਵੱਡਾ ਸ਼ਾਇਰ ਹੋਇਆ, ਸੂਫੀ ਸ਼ਾਇਰ, ਉਹ ਕਹਿੰਦਾ ਜਿੰਨਾ ਵਾਸਤੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ, ਪੈਰ ਪਸਾਰ ਪਿਆ ਵਿੱਚ ਵਿਹੜੇ, ਚੱਕੋ ਚੱਕੋ ਕਰਦੇ, ਸੂਝ ਨਹੀਂ ਛਪਣ ਦਿੰਦੇ। ਸਾਹਾਂ ਦੀ ਹੈ ਗੱਲ, ਸਾਹਾਂ ਦੀ ਹੈ ਜੀ, ਸਾਹਾਂ ਦੀ ਤੰਦ ਦੀ ਗੱਲ ਹੈ ਜੀ। ਤੰਦ ਟੁੱਟ ਗਈ ਤਾਂ ਮਲਾਜ਼ੇਦਾਰੀ ਟੁੱਟ ਗਈ, ਬਸ ਹੋਰ ਕੀ ਹੈ, ਹੋਰ ਕੁਛ ਨਹੀਂ। ਆਪਾਂ ਵੀ ਗੱਲਾਂ ਕਰਦੇ ਹਾਂ, ਹਜੇ ਪਰਸੋਂ ਮੈਨੂੰ ਮਿਲਿਆ ਸੀ ਯਾਰ, ਆਹ ਗੱਲਾਂ ਕਰਦਾ ਸੀ, ਐਂ ਕਰਾਂਗੇ। ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਕਾ, ਪਲ ਕੀ ਖਬਰ ਨਹੀਂ, ਸਮਾਨ 80 ਸਾਲ ਕਾ। ਉਹ ਕਰ ਦਿਆਂਗੇ, ਉਹ ਕਰ ਦਿਆਂਗੇ, ਇਨਸਾਫ ਦਾ ਦਿਨ ਨਹੀਂ ਚੜ੍ਹਨਾ ਜੋ ਲੋਕਾਂ ਦੇ ਦਿਲ 'ਚੋਂ ਇਹ ਡਰ ਨਹੀਂ ਜਾਂਦਾ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ। ਜਿਨ੍ਹਾਂ ਕੋਲ ਲੱਖਾਂ ਅਤੇ ਕਰੋੜਾਂ ਨੇ ਮੈਨੂੰ ਬੁਲਾਉਂਦੇ ਪਏ ਨੇ, ਜਾ ਸਕਦਾ ਵਾਂ ਪਰ ਨਹੀਂ ਜਾਂਦਾ। ਸਭ ਤੋਂ ਵੱਧ ਸਾਹਾਂ ਦਾ ਭਾਰ ਹੀ ਭਾਰੀ ਹੈ ਮੈਂ ਪਰਖ ਲਿਆ, ਸਭ ਤੋਂ ਵੱਧ ਸਾਹਾਂ ਦਾ ਭਾਰ ਹੀ ਭਾਰੀ ਹੈ ਮੈਂ ਪਰਖ ਲਿਆ। ਜਰਾ ਸੋਚੋ, ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ? ਜਿੰਨਾ ਚਿਰ ਸਾਹ ਨੇ ਉਹਨਾਂ 'ਚ ਡੁੱਬੋਗੇ, ਜਦੋਂ ਸਾਹ ਨਿਕਲ ਕੇ ਉੱਪਰ ਆ ਜਾਓਗੇ, ਇਹਦਾ ਮਤਲਬ ਭਾਰ ਕਿਹਦਾ ਸੀ? ਸਾਹਾਂ ਦਾ। ਸੋ ਕਾਹਦੇ ਵਾਸਤੇ ਯਾਰ ਕਿਸੇ ਦੇ ਹੱਕ ਮਾਰੀ ਜਾਂਦੇ ਹੋ? ਕਿਸੇ ਗਰੀਬ ਦੇ ਰੋਟੀ ਖਾ ਲੈਣ ਦੋ ਉਹਨੂੰ ਯਾਰ, ਐਂ ਕਿਉਂ ਖੋਨੇ ਹੋ? ਬੁਰਕੀਆਂ ਕਿਉਂ ਖੋਨੇ ਹੋ ਕਿਸੇ ਦੇ ਮੂੰਹ 'ਚੋਂ? ਮੈਂ ਤੁਹਾਨੂੰ ਅੰਨਦਾਤੇ ਸਮਝਦਾ, ਤੁਸੀਂ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਚਲਾਉਂਦੇ ਹੋ, ਸਰਕਾਰ ਨੂੰ ਟੈਕਸ ਦਿੰਦੇ ਹੋ, ਅਸੀਂ ਉਸੇ ਟੈਕਸ ਨਾਲ ਬਹੁਤ ਸਾਰੀਆਂ ਸਹੂਲਤਾਂ ਦਿੰਦੇ ਹਾਂ। ਸੋ ਵਪਾਰੀ ਵਰਗ ਨੂੰ ਮੈਂ ਕਹਿੰਦਾ ਕਿ ਤੁਸੀਂ, ਤੁਹਾਨੂੰ ਚੋਰ ਕਰਕੇ ਜਾਣਿਆ ਜਾਂਦਾ, ਵੀ ਪਤਾ ਨਹੀਂ ਚੋਰੀ ਕਰਦੇ ਹੋ ਨਹੀਂ। ਜੇ ਤੁਹਾਡਾ ਪੈਸਾ ਤੁਹਾਡੇ 'ਤੇ ਲੱਗਣ ਲੱਗ ਜੇ, ਅਤੇ ਤੁਹਾਨੂੰ ਵਿਸ਼ਵਾਸ ਹੋ ਜੇ ਕਿ ਸਾਡਾ ਪੈਸਾ ਸਰਕਾਰ ਸਾਡੇ 'ਤੇ ਲਾਉਂਦੀ ਹੈ, ਚਾਹੇ ਮੁਹੱਲਾ ਕਲੀਨਿਕ ਖੋਲ੍ਹ ਲਏ, ਚਾਹੇ ਹਸਪਤਾਲ ਖੋਲ੍ਹ ਲਏ, ਚਾਹੇ ਟਰਾਮਾ ਸੈਂਟਰ ਬਣਾ ਦੇ, ਚਾਹੇ ਹਾਈਵੇ ਬਣਾ ਦੇ, ਤਾਂ ਤੁਸੀਂ ਸਹੀ ਟੈਕਸ, ਪੂਰਾ ਪ੍ਰੋਪਰ ਟੈਕਸ ਦੇਣ ਲੱਗ ਜਾਓਗੇ। ਸਾਡੀ ਇਹ 2 ਸਾਲ ਦਾ ਐਕਸਪੀਰੀਅੰਸ ਹੈ, ਸਾਡਾ ਰੈਵਨਿਊ ਵੱਧ ਗਿਆ, ਅਸੀਂ ਕੁਛ ਵੀ ਨਹੀਂ ਕੀਤਾ, ਵਪਾਰੀ ਵੈਸੇ ਹੀ ਟੈਕਸ ਦੇਣ ਲੱਗ ਗਏ। ਕਹਿੰਦੇ ਯਾਰ ਚੰਗੇ ਬੰਦੇ ਆ ਗਏ, ਸਾਡੇ 'ਤੇ ਲਾਉਣਗੇ, ਕੋਈ ਗੱਲ ਨਹੀਂ। ਇਸ ਗੱਲ ਵਾਸਤੇ ਆਪਣੇ ਆਪ ਵਾਸਤੇ ਤਾੜੀ ਮਾਰ ਲਓ ਇੱਕ। ਸਰਕਾਰਾਂ ਦਾ ਕੰਮ ਹੁੰਦਾ ਬਿਜ਼ਨਸ ਨੂੰ ਓਪਰਚੁਨਿਟੀ ਦੇਣਾ, ਵਪਾਰੀ ਦਾ ਕੰਮ ਹੈ ਆਪਣੇ ਬਿਜ਼ਨਸ ਨੂੰ ਵਧਾਉਣਾ, ਸਰਕਾਰਾਂ ਦਾ ਫਰਜ਼ ਹੈ ਉਸ ਬਿਜ਼ਨਸ ਨੂੰ ਵਧਾ ਕੇ ਆਪਣੇ ਲੋਕਾਂ ਨੂੰ ਕੰਮ 'ਤੇ ਲਾਉਣਾ। ਉਹ ਤੁਸੀਂ ਕਰ ਰਹੇ ਹੋ, ਤੁਸੀਂ ਅੱਜ ਦੱਸਿਆ ਬਹੁਤ ਸਾਰੀਆਂ ਕਮੀਆਂ ਵੀ ਨੇ, ਅਜੇ 75 ਸਾਲ ਪੁਰਾਣੇ ਪੰਗੇ ਨੇ, ਹੌਲੀ ਹੌਲੀ ਠੀਕ ਹੋ ਜਾਣਗੇ, ਯਕੀਨ ਰੱਖਿਓ। ਪਹਿਲੀ ਗੱਲ ਤਾਂ ਇਹ, ਇੱਦੂ ਪਹਿਲਾਂ ਐਂ ਕਦੇ ਸਾਰੀ ਪੰਜਾਬ ਸਰਕਾਰ ਕਦੇ ਤੁਹਾਡੇ ਸਾਹਮਣੇ ਬੈਠੀ ਹੈ, ਤੁਹਾਡੇ ਘਰ ਆ ਕੇ? ਹੈ ਜੀ, ਹੋ ਨਹੀਂ ਸਕਦਾ। ਪਹਿਲਾਂ ਪਹਿਲਾਂ ਸਰਕਾਰ ਹੀ ਨਹੀਂ ਇਕੱਠੀ ਹੁੰਦੀ ਸੀ, ਇੱਥੇ ਤਾਂ ਇਕੱਠੇ ਕੀ ਆਉਣਾ, 4 ਇੱਧਰ ਨੂੰ ਹੁੰਦੇ ਸੀ, 5 ਉੱਧਰ ਨੂੰ ਹੁੰਦੇ ਸੀ। ਸੋਨਾ 'ਤੇ ਯਕੀਨ ਨਾ ਕਰਿਓ, ਹੁਣ ਤੁਰੇ ਫਿਰਦੇ ਆ। ਪਰ ਐਂ ਲੋਕਤੰਤਰ ਹੈ, ਲੋਕਤੰਤਰ ਹੈ, ਤੁਸੀਂ ਮਰਜ਼ੀ ਦੇ ਮਾਲਕ ਹੋ, ਮੈਂ ਤੁਹਾਨੂੰ ਕਿਵੇਂ ਕਹਿ ਸਕਦਾ ਵੀ ਮੈਨੂੰ ਹੀ ਵੋਟਾਂ ਪਾਓ, ਮਰਜ਼ੀ ਹੈ ਤੁਹਾਡੀ। ਪਰ ਘੱਟੋ ਘੱਟ ਤੁਹਾਡੀ ਵੋਟ ਜਿੱਥੇ ਜਾਂਦੀ ਹੈ ਸਹੀ ਜਗ੍ਹਾ 'ਤੇ ਤਾਂ ਪਹੁੰਚੇ। ਆ ਚੰਡੀਗੜ੍ਹ ਵੋਟਾਂ ਦੇਖ ਲਿਆ ਮੇਅਰ ਵਾਲਾ ਤੁਸੀਂ? ਹੈ, ਵੀਡੀਓ ਦੇਖੀ ਹੈ ਜੀ ਚੰਡੀਗੜ੍ਹ ਦੀਆਂ? 36 ਵੋਟਾਂ ਗਿਣਨੀਆਂ ਸੀ, ਕਿਵੇਂ ਗਿਣੀਆਂ ਜਾ ਰਹੀਆਂ ਨੇ 36 ਵੋਟਾਂ? ਸੁਪਰੀਮ ਕੋਰਟ ਨੇ ਦੇਖੀ ਜਦੋਂ ਉਹ ਬੰਦਾ ਬੁਲਾਇਆ, ਪ੍ਰਜ਼ਾਈਡਿੰਗ ਅਫਸਰ,
ਕਿਵੇਂ ਵੋਟਾਂ ਪਾ ਰਿਹਾ ਸੀ ਉਹ? ਵੋਟਾਂ ਗਿਣ ਕਿਵੇਂ ਰਿਹਾ ਸੀ? ਕੈਮਰੇ ਕਨੀ ਦੇਖ ਕੇ ਵੋਟਾਂ ਕੱਟੀ ਜਾਂਦਾ ਸੀ, 8 ਵੋਟਾਂ ਕੱਟਤੀਆਂ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ 8 ਦੀਆਂ 8 ਕੋਈ ਗਲਤੀ ਨਹੀਂ ਸੀ, 8 ਦੀਆਂ 8 ਆਮ ਆਦਮੀ ਪਾਰਟੀ ਦੀਆਂ ਸੀ। ਚਲੋ ਗਿਣੋ ਇਹਨਾਂ ਨੂੰ, ਗਿਣ ਗਏ, ਚੰਡੀਗੜ੍ਹ ਆਪਣਾ ਮੇਅਰ ਬਣ ਗਿਆ ਜੀ, ਦੇਖ ਲਓ। SSP ਚੰਡੀਗੜ੍ਹ ਪਹਿਲੀ ਪੰਜਾਬ ਕੇਡਰ 'ਚ ਹੁੰਦਾ, ਸੋ ਚੰਡੀਗੜ੍ਹ ਸਾਡਾ। ਪਰ ਘੱਟੋ ਘੱਟ ਮੈਂ ਕਹਿੰਦਾ, ਚਾਹੇ ਅਸੀਂ ਹਾਰ ਵੀ ਜਾਂਦੇ ਕੋਈ ਗੱਲ, ਪਠਾਨਕੋਟ 'ਚੋਂ MLA ਜਿਹੜਾ BJP ਦਾ, ਅੱਛਾ ਤੁਹਾਡੇ ਫਤਵੇ ਨੂੰ ਸਿਰ ਮੱਥੇ ਲੈਂਦੇ ਹਾਂ, ਵੋਟਾਂ ਤਾਂ ਸਹੀ ਗਿਣ ਲਓ ਯਾਰ, ਸਹੀ ਗਿਣ ਕੇ ਅਸੀਂ ਹਾਰ ਗਏ, ਨੋ ਪ੍ਰੋਬਲਮ। ਐਂ ਥੋੜ੍ਹੀ ਕਰੋਗੇ ਕਿ ਇੱਧਰਲੀ ਵੋਟ ਇੱਧਰ ਨੂੰ ਕਰਤੀ, ਇੱਧਰ ਨੂੰ ਕੱਟਤੀ, ਇਹਨੂੰ ਕੱਟਤੀ, ਇਹਨੂੰ ਜਿੱਤਾ ਤਾ, ਇਹ ਥੋੜ੍ਹੀ ਹੁੰਦਾ ਹਾਂ ਵਾਲੇ ਹਾਂ ਕਹੇ, ਨਾ ਵਾਲੇ ਨਾ ਕਹੇ, ਹਾਂ ਵਾਲੋਂ ਕਿ ਜੀਤ ਹੋਈ, ਹਾਂ ਵਾਲੋਂ ਕਿ ਜੀਤ ਹੋਈ, ਬਿੱਲ ਪਾਸ ਲੈ। ਆਹ ਡੈਮੋਕ੍ਰੇਸੀ ਥੋੜ੍ਹੀ ਹੈ ਯਾਰ। ਸੋ ਕਿਰਪਾ ਕਰਕੇ, ਤੁਸੀਂ ਯੰਗ ਜਨਰੇਸ਼ਨ ਹੈ ਕਾਫੀ ਮੈਨੂੰ ਨਜ਼ਰ ਆ ਰਹੇ, ਥੋੜ੍ਹਾ ਜਿਹਾ ਜ਼ਰੂਰ ਸੋਚਿਓ ਇਸ ਬਾਰੇ। ਵੋਟ ਜਿਹਨੂੰ ਮਰਜ਼ੀ ਪਾਓ, ਪਰ ਕੀ ਤੁਹਾਡੀ ਵੋਟ ਸਹੀ ਪਹੁੰਚ ਰਹੀ ਹੈ ਉੱਥੇ? ਫਿਰ ਚੰਗੇ ਬੰਦਿਆਂ ਨੂੰ ਵੋਟਾਂ ਪਾਓ, ਆਪਦੇ ਲੋਕਾਂ ਨੂੰ ਵੋਟਾਂ ਪਾਓ ਜਿਹੜੇ ਤੁਹਾਨੂੰ ਦੁੱਖ ਦਰਦ ਨੂੰ ਜਾਣਦੇ ਹੋਣ। ਹੁਣੇ ਉਹ ਚਮਰੌੜ ਦੀ ਗੱਲ ਚੱਲੀ, ਧਾਰ ਕਲਾਂ ਦੀ ਗੱਲ ਚੱਲੀ, ਜਿਹੜਾ 206 MW ਦਾ ਆਪਾਂ ਬਣਾ ਰਹੇ ਹਾਂ ਇੱਥੇ ਡੈਮ, ਉਹਦੀ ਗੱਲ ਚੱਲੀ, ਉਹ 'ਚੋਂ ਨਹਿਰਾਂ ਨਿਕਲ ਗਈਆਂ ਗੱਲ ਚੱਲੀ। ਤੁਸੀਂ ਸ਼ਰਤ ਲਾ ਲਓ, ਤੁਹਾਡੇ MP ਨੂੰ ਬੁਲਾ ਲਓ, ਉਹਨੂੰ ਜੇ ਧਾਰ ਕਲਾਂ ਦਾ ਪਤਾ ਹੋਵੇ ਤਾਂ ਦੱਸ ਦੇ ਮੈਨੂੰ ਵੀ ਧਾਰ ਕਲਾਂ ਕੀ ਹੈ, ਚਮਰੌੜ ਕੀ ਹੈ। ਤੁਸੀਂ ਬੰਦੇ ਹੀ ਉਹ ਚੁਣ ਲਿਆ ਜਿਹਦਾ ਲਿੰਕ ਹੀ ਹੈ ਨਹੀਂ ਤੁਹਾਡੇ ਨਾਲ, ਜਿਹਦਾ ਤੁਹਾਡੇ ਨਾਲ ਕੋਈ ਸੰਬੰਧ ਹੀ ਹੈ ਨਹੀਂ, ਨਾ ਤੁਹਾਡੀਆਂ ਸਮੱਸਿਆਵਾਂ ਨਾਲ। ਬੈਂਟੀ ਵੈਨਾਂ 'ਚ ਰਹਿਣਾ, 3-4 ਘੰਟੇ ਅਸਲੀ ਫੇਸ ਹੁੰਦਾ, ਬਾਕੀ ਸਾਰੀ ਫਾਊਂਡੇਸ਼ਨ ਲਾ ਕੇ ਮੇਕਅਪ 'ਚ ਹੀ ਹੁੰਦੇ ਆ। ਮੈਂ ਵੀ ਰਿਹਾ ਉਸ ਕੰਮ 'ਚ, ਮੈਨੂੰ ਪਤਾ ਇਸ ਗੱਲ ਦਾ। ਮੈਨੂੰ ਵੀ ਪਹਿਲਾਂ ਕਹਿੰਦੇ ਰਹੇ ਆ, ਕਿੱਧਰ ਫਸ ਗਿਆ ਤੂੰ, ਕਿੱਧਰ ਗਲੀਆਂ ਨਾਲੀਆਂ ਦੇ ਮੌਕੇ ਦੇਖਦਾ ਫਿਰਦਾ, ਆ ਜਾ ਇੱਧਰ, ਬੋਂਬੇ ਨਜ਼ਾਰੇ ਨੇ, ਨਾਲੇ ਪੈਸੇ ਮਿਲਦੇ ਨੇ, ਨਾਲੇ ਤਾੜੀਆਂ, ਇੱਧਰ ਨਾ ਪੈਸੇ ਨੇ ਨਾਲੇ ਗਾਲਾਂ, ਗਾਲਾਂ ਤਾਂ ਰੋਜ਼ ਕਰੀਆਂ ਮੈਨੂੰ, ਕਦੇ ਮਜੀਠੀਆ ਲੱਗਿਆ ਹੁੰਦਾ, ਕਦੇ ਉਹਦੀ ਭੈਣ ਲੱਗੀ ਹੁੰਦੀ ਹੈ, ਕਦੇ ਉਹਦਾ ਸਾ ਜੀਜਾ ਲੱਗਿਆ ਹੁੰਦਾ, ਕਦੇ ਬਾਜਵੇ ਹੋਰੀ ਲੱਗੇ ਹੁੰਦੇ ਆ, ਗਾਲੀ ਕੱਢੇ ਮੈਨੂੰ ਹੀ ਗਾਲਾਂ ਕੱਢੀ। ਮੈਂ ਕੀ ਮਾੜਾ ਕਰਤਾ ਯਾਰ, ਮੈਨੂੰ ਦੱਸੋ ਤਾਂ ਸਹੀ। ਸਿਰਫ ਇੱਕੋ ਹੀ ਗੱਲ ਹੈ, ਫਰਸਟ੍ਰੇਸ਼ਨ ਦਾ ਇੱਕੋ ਹੀ ਪੰਗਾ ਹੈ, ਉਹਨਾਂ ਨੂੰ ਇੱਕੋ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਸਤੌਜ ਪਿੰਡ ਦੇ, ਇੱਕ ਛੋਟੇ ਜਿਹੇ ਪਿੰਡ ਦੇ ਮੱਝਾਂ ਦੀਆਂ ਪੂਛਾਂ ਫੜ ਕੇ ਟੋਬਿਆਂ 'ਚ ਤਾਰੀਆਂ ਲਾਉਣ ਵਾਲਾ, ਸਾਈਕਲ 'ਤੇ ਜਾ ਕੇ 10ਵੀਂ ਕਰਨ ਵਾਲਾ, +1 +2 BCOM 2 BCOM ਦੇ ਵਿੱਚ ਬੱਸਾਂ ਦੀਆਂ ਛੱਤਾਂ 'ਤੇ ਬਹਿਣ ਵਾਲਾ, ਸਾਡੀ ਕੁਰਸੀ 'ਤੇ ਕਿਉਂ ਬਹਿ ਗਿਆ? ਬਸ ਆਹ ਪੰਗਾ, ਹੋਰ ਕੋਈ ਪੰਗਾ? ਉਹਨਾਂ ਨੂੰ ਐਂ ਹੁੰਦਾ ਕਿ ਅਸੀਂ ਉਹੀ ਬਣਦੇ ਹੁੰਦੇ ਹਾਂ, ਸਾਡੀ ਵਾਰੀ ਹੁੰਦੀ ਹੈ, ਉਹ ਵਾਰੀਆਂ ਤੁਸੀਂ ਤੋੜਤੀਆਂ, ਮੈਂ ਕੀ ਕਰਾਂ ਬਈ, ਮੇਰਾ ਕਸੂਰ ਹੈ? ਸੋ ਮੈਂ ਤਾਂ ਜੇ ਮੈਨੂੰ ਮੌਕਾ ਮਿਲ ਗਿਆ ਹੁਣ, ਮੈਂ ਤਾਂ ਇਹ ਸੋਚਦਾ ਭਗਵੰਤ ਮਾਨਾ, ਇੱਦੂ ਵੱਡਾ ਰੱਬ ਤੈਨੂੰ ਮੌਕਾ ਨਹੀਂ ਦੇ ਸਕਦਾ, ਜੇ ਹੁਣ ਵੀ ਤੂੰ ਲੋਕਾਂ ਦੇ ਘਰੇ ਬੁੱਝਦੇ ਦੀਵੇ ਨਾ ਜਗਾਏ, ਜੇ ਹੁਣ ਵੀ ਬੁੱਝਦੇ ਚੁੱਲ੍ਹਿਆਂ 'ਚ ਅੱਗ ਨਾ ਮਚਾਈ, ਜੇ ਹੁਣ ਵੀ ਪੰਜਾਬੀਆਂ ਦੀ ਤਰੱਕੀ ਨਾ ਕਰਾਈ, ਫਿਰ ਤੈਥੋਂ ਵੱਡਾ ਪਾਪੀ ਵੀ ਨਹੀਂ ਹੋਣਾ ਕੋਈ ਯਾਰ। ਫਿਰ ਮੈਂ ਤਾਂ ਰੋਜ਼ ਦਿਨ ਰਾਤ ਕਹਿੰਦਾ ਮੈਂ ਕਿ ਪਰਮਾਤਮਾ ਮੈਥੋਂ ਇਹੋ ਜਿਹੇ ਕੰਮ ਕਰਾ ਲਈ ਜਿਹਦੇ ਨਾਲ ਤਰੱਕੀਆਂ ਹੋ ਜਾਣ। ਬਸ ਬੜੇ ਨੁਕਸ ਕੱਢਦੇ ਆ ਲੋਕ ਸਰਕਾਰਾਂ 'ਚ, ਆਹ ਕਿਉਂ ਕਰਤਾ, ਆਹ ਕਿਉਂ ਕਰਤਾ, ਐਂ ਕਿਉਂ ਕਰਤਾ, ਐਂ ਕਿਉਂ ਕਰਤਾ, ਆਹ ਨਹੀਂ ਐਂ ਨਹੀਂ ਹੁੰਦਾ ਹੁੰਦਾ। ਸਰਕਾਰਾਂ ਸੱਚੀ ਨੀਅਤ ਵਾਲੇ ਬੰਦੇ ਚਲਾਉਂਦੇ ਨੇ ਜਦੋਂ ਸਰਕਾਰਾਂ 'ਚ, ਉੱਥੇ ਉੱਠਦਾ ਵੀ ਹੈ, ਵਿਰੋਧ ਵੀ ਉੱਠਦਾ, ਕੋਈ ਗੱਲ ਨਹੀਂ ਚੱਲਾਂਗੇ। ਪਰ ਮੇਰਾ ਮਕਸਦ ਅੱਜ ਇਹ ਹੈ, ਤੁਸੀਂ ਤਰੱਕੀ ਕਰੋ, ਤੁਸੀਂ ਲੈ ਕੇ ਆਓ ਮੇਰੇ ਕੋਲ 2 ਯੂਨਿਟ ਦੀ ਪਰਮਿਸ਼ਨ, ਮੈਂ 3 ਦੀ ਪਰਮਿਸ਼ਨ ਦੇਊਂਗਾ, ਪਰ ਮੇਰੇ ਮੁੰਡੇ ਕੁੜੀਆਂ ਨੂੰ ਕੰਮ ਦੇ ਦਿਓ। ਬਸ ਮੇਰਾ ਇੱਕੋ ਹੀ ਮਕਸਦ ਹੈ, ਨੌਜਵਾਨ ਮੁੰਡੇ ਕੁੜੀਆਂ ਨੂੰ ਕੰਮ ਦੇ ਦਿਓ ਬਸ। ਸੋ ਜੇ ਤੁਹਾਨੂੰ ਲੱਗਦਾ
ਕਿ ਯਾਰ ਹਾਂ ਆਪਣੇ ਵਰਗੇ ਹੀ ਹੈ, ਸਾਡੇ ਵਰਗੇ ਹੀ ਹੈ, ਸਾਡੇ ਨਾਲ ਹੀ ਗੱਲਾਂ ਕਰਨ ਆਇਆ। ਤਾਂ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਸਾਡੀ ਟੀਮ ਦਾ